ਫਰੀਦਕੋਟ ਦੇ ਪਿਪਲੀ ਅਰਾਈਆਂ ਵਾਲਾ ਰੋਡ ਤੇ ਸਥਿਤ ਗੋਦਾਮ 'ਚ ਚੋਰ ਕਰੀਬ 2.25 ਲੱਖ ਦੇ ਚੌਲ ਲੈ ਕੇ ਫਰਾਰ ਹੋ ਗਏ। ਕਰੀਬ 12 ਵਜੇ ਚੋਰਾਂ ਨੇ ਗੋਦਾਮ 'ਚ ਦਾਖਲ ਹੋ ਕੇ ਉੱਥੇ ਮੌਜੂਦ 2 ਚੌਕੀਦਾਰਾਂ ਦੇ ਹੱਥ ਪੈਰ ਬੰਨ ਕੇ ਉਹਨਾਂ ਨੂੰ ਕਮਰੇ 'ਚ ਬੰਦ ਕਰ ਦਿੱਤਾ ਅਤੇ ਉਹਨਾਂ ਦੀ ਕੰਬਲ 'ਚ ਲਪੇਟ ਕੇ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਕੁੱਟਮਾਰ ਤੋਂ ਬਾਅਦ ਚੋਰ ਚੌਲਾਂ ਦੀਆਂ 120 ਬੋਰੀਆਂ ਲੈ ਕੇ ਰਫੂ ਚੱਕਰ ਹੋ ਗਏ। ਅਸੀਂ ਲਾਈਟ ਬੁਝੀ ਵੇਖੀ ਜਦੋਂ ਤਾਂ ਇੱਧਰ ਸਾਹਮਣੇ ਹੋਏ ਜੀ, ਲਾਈਟ ਜਗ ਪਈ, ਆਹ ਜਗਦੀ ਸੀ ਜੀ। 2 ਬੰਦੇ ਗਏ ਮੇਰੇ ਨਹੀਂ, ਉਹ ਇੱਕ ਮੇਰੇ ਮਰ ਲੱਗਾ ਜੀ, ਮੈਂ ਅੱਗੋਂ ਮਾੜੀ ਮੋਟੀ ਜੀ ਮੈਂ ਵੀ ਕੀਤੀ। ਮੁੜ ਕੇ ਜੀ 5-7 ਬੰਦੇ ਹੋਰ ਆ ਗਏ, ਉਹਨਾਂ ਨੇ ਮੁੜ ਕੇ ਮੈਨੂੰ ਫੜ ਫੁੜ ਕੇ ਬਾਹਾਂ ਬੂਹਾਂ ਬੰਨ ਲਈਆਂ ਜੀ, ਮੁੜ ਕੇ ਉਹ ਅੰਦਰ ਲੈ ਆਏ ਜੀ। ਉਸਦੇ ਬਾਅਦ ਅਸੀਂ ਇੱਥੇ ਆਏ ਕਿ ਦੇਖਿਆ ਕਿ ਮੇਨ ਗੇਟ ਦੇ ਦੋਨੋਂ ਤਾਲੇ ਤੋੜ ਕੇ, ਵੇਬਰੀਜ ਕਕਸ਼ ਦੇ ਵੀ 2 ਖਿੜਕੀ ਵਗੈਰਾ ਤੋੜ ਕੇ ਬੈਟਰੀਆਂ ਵਗੈਰਾ ਲੈ ਕੇ ਲੈ ਗਏ। ਸਾਡੇ ਚੌਂਕੀਦਾਰਾਂ ਨੇ ਮਾਰ ਕੁੱਟ ਕਰਕੇ ਦੇਖਿਆ ਸੀ, ਇਹਨਾਂ ਨੂੰ ਸੱਟਾਂ ਸੁੱਟਾਂ ਲੱਗੀਆਂ ਸੀਗੀਆਂ। ਇਸ ਤੋਂ ਬਾਅਦ ਉਹ ਦੇਖਿਆ ਵੀ 100 ਇਹਨਾਂ ਨੇ ਤਾਂ ਐਪਰੋਕਸੀਮੇਟ ਬੋਰੀਆਂ ਦੱਸੀਆਂ ਸੀ, ਪਰ ਅਸੀਂ ਬਾਅਦ 'ਚ ਕਾਊਂਟਿੰਗ ਕੀਤੀ, 120 ਬੈਗਸ ਚਾਵਲ ਜਿਹੜੇ ਉਹ ਕੈਂਟਰ ਜਾਂ ਟਰੱਕ ਇਹਨਾਂ ਦੇ ਦੱਸਣ ਮੁਤਾਬਕ ਉਹ ਲੈ ਗਏ। ਚੋਰ ਸੀ 8 ਜਾਂ 10 ਦੀ ਗਿਣਤੀ 'ਚ। ਪੁਲਿਸ ਨੇ ਮਾਮਲਾ ਦਰਜ ਕਰਕੇ ਚੋਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪਿਪਲੀ ਤੋਂ ਰਾਈਆਂ ਵਾਲੇ ਰੋਡ ਤੇ ਗਡਾਊਨ ਦੇ ਵਿੱਚ 2 ਚੌਂਕੀਦਾਰਾਂ ਨੂੰ ਬੰਨ ਕੇ 5-7 ਬੰਦੇ ਆਏ ਸੀ, ਉਹਨਾਂ ਨੂੰ ਬੰਨ ਕੇ ਉੱਥੋਂ 120 ਗੱਟੇ ਚਾਵਲ ਚੋਰੀ ਕੀਤੇ ਹੈ, ਜਿਸ ਦੇ ਸੰਬੰਧ 'ਚ ਮਾਮਲਾ ਦਰਜ ਕਰਕੇ ਤਫਤੀਸ਼ ਜਾਰੀ ਹੈ ਜੀ। ਗੋਦਾਮ 'ਚ ਲੱਗੇ ਸੀਸੀਟੀਵੀ ਕੈਮਰੇ ਨਾ ਚੱਲਦੇ ਹੋਣ ਕਾਰਨ ਚੋਰ ਕੈਮਰੇ 'ਚ ਕੈਦ ਨਹੀਂ ਹੋ ਸਕੇ, ਪਰ ਚੰਗੀ ਗੱਲ ਇਹ ਰਹੀ ਕਿ ਕੋਈ ਵੀ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ।